ਸੂਬੇ 'ਚ ਅਪਰਾਧੀ ਪੂਰੀ ਤਰ੍ਹਾਂ ਸਰਗਰਮ ਨੇ ਅਤੇ ਇਹਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ, ਜਿਸ ਦੇ ਚਲਦੇ ਆਏ ਦਿਨ ਪੁਲਿਸ ਹੱਥ ਕੋਈ ਨਾ ਕੋਈ ਅਜਿਹਾ ਗਿਰੋਹ ਆ ਜਾਂਦਾ ਹੈ ਜੋ ਕਿ ਇਲਾਕੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਵੇ। ਇਸੇ ਤਰ੍ਹਾਂ ਦੀ ਸਫਲਤਾ ਹੱਥ ਲੱਗੀ ਹੈ ਜਲੰਧਰ ਦੇ ਥਾਣਾ ਮੁਕਸੂਦਾ ਪੁਲਿਸ ਨੂੰ। ਪੁਲਿਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ, 21 ਮੋਬਾਈਲ ਫੋਨ ਅਤੇ ਲੈਪਟਾਪ ਦੇ ਨਾਲ ਨਾਲ ਹੋਰ ਵੀ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹਨਾਂ ਤਿੰਨਾਂ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਹ ਸਾਨੂੰ ਇੱਕ ਕੱਲ੍ਹ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਦੇਸ਼ ਸੇਵਕ ਨੇ ਸਾਨੂੰ ਇੱਕ ਇਤਲਾਹ ਦਿੱਤੀ ਸੀਗੀ, ਕੁਛ ਜਿਹੜੇ ਬੰਦੇ ਹੈਗੇ ਨੇ ਉਹ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਕਰਨ ਦੇ, ਚੋਰੀਆਂ ਕਰਨ ਦੇ ਵਿੱਚ ਮਾਹਰ ਨੇ। ਇਹਨਾਂ ਦੀ ਜਿਹੜੀ ਮੋਡਸ ਓਪਰੈਂਡੀ ਜ਼ਿਆਦਾਤਰ ਇਸ ਤਰ੍ਹਾਂ ਦੀ ਸੀਗੀ ਕਿ ਇਹ ਅਰਲੀ ਮਾਰਨਿੰਗ ਓਪਰੇਟ ਕਰਦੇ ਸੀਗੇ ਕਿ ਜਿਹੜੇ ਲੋਕ ਸਵੇਰੇ ਸੈਰ ਲਈ ਨਿਕਲਦੇ ਸੀਗੇ ਘਰਾਂ ਦੇ ਵਿੱਚੋਂ, ਉਹਨਾਂ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਸੀਗਾ, ਉਹ ਸੈਰ ਚਲੇ ਜਾਂਦੇ ਸੀ ਆਪਣੀ ਗਲੀ 'ਚ ਜਾਂ ਕਿਤੇ ਪਾਰਕ ਦੇ ਵਿੱਚ, ਅਤੇ ਪਿੱਛੇ ਜਿਹੜੇ ਬਾਕੀ ਦੇ ਮੈਂਬਰ ਹੁੰਦੇ ਸੀ ਉਹ ਸੁੱਤੇ ਹੁੰਦੇ ਸੀਗੇ। ਇਹ ਅੰਦਰ ਵੜਦੇ ਸੀ ਅਡੋਲ ਹੀ, ਦੋ ਬੰਦੇ ਰੈਕੀ ਕਰਦੇ ਸੀ, ਇੱਕ ਬੰਦਾ ਅੰਦਰ ਵੜ ਕੇ ਅੰਦਰ ਸਰਚ ਕਰਕੇ ਜੇ ਕਿਸੇ ਦਾ ਮੋਬਾਈਲ ਪਿਆ ਸੀ ਮੋਬਾਈਲ ਚੁੱਕ ਲੈਂਦੇ ਸੀ, ਜਾਂ ਕਿਸੇ ਦਾ ਹੋਰ ਸੀ ਅਤੇ ਉਹ ਚੁੱਕ ਲੈਂਦੇ, ਜਾਂ ਫਿਰ ਇਹ ਕੀ ਕਰਦੇ ਸੀਗੇ ਕਿ ਰਸਤਿਆਂ ਦੇ ਵਿੱਚ ਸਰਚ ਕਰਦੇ ਸੀਗੇ। ਜਲੰਧਰ ਤੋਂ ਵਿਸ਼ਵਾਸ ਸੰਦਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156085 0885 'ਤੇ।